ਜਦੋਂ ਤੁਸੀਂ ਗੁਰੂ ਦੇ ਦਰਬਾਰ ਅੰਦਰ ਆਉਂਦੇ ਹੋ ਤਿੰਨ ਚੀਜ਼ਾਂ ਤੁਹਾਨੂੰ ਖਾਸ ਤੌਰ ਤੇ ਇੱਥੇ ਵੇਖਣ ਨੂੰ ਮਿਲਣਗੀਆਂ, ਗੁਰੂ ਦਾ ਤਖਤ, ਗੁਰੂ ਦਾ ਚੰਦੋਆ ਤੇ ਗ੍ਰੰਥੀ ਸਿੰਘ ਦੇ ਹੱਥ ਵਿੱਚ ਚੌਰ ਦੀ ਸੇਵਾ। ਇਹਨਾਂ ਤਿੰਨ ਚੀਜ਼ਾਂ ਦਾ ਆਪੋ ਆਪਣਾ ਇੱਕ ਲੌਜਿਕ ਆ। ਜਦੋਂ ਤੁਸੀਂ ਇਹਨਾਂ ਤਿੰਨ ਚੀਜ਼ਾਂ ਨੂੰ ਸਮਝ ਗਏ ਤੇ ਫਿਰ ਸਾਨੂੰ ਇੱਥੇ ਖਲੋਣ ਦਾ ਵੀ ਮਤਲਬ ਪਤਾ ਲੱਗ ਜਾਊਗਾ ਵੀ ਅਸੀਂ ਖਲੋਤੇ ਕਿਹਦੇ ਅੱਗੇ ਆ। ਅਸੀਂ ਆਮ ਦੁਨਿਆਵੀ ਗ੍ਰੰਥ ਦੇ ਅੱਗੇ ਨਹੀਂ ਖਲੋਤੇ। ਜਿਹੜੀ ਗੱਲ ਅਰਦਾਸੀਆ ਸਿੰਘ ਕਹਿੰਦਾ ਜਾਂ ਰਾਗੀ ਢਾਡੀ ਸ਼ੁਰੂਆਤ ਚ ਕਹਿੰਦੇ ਚਵਰ ਛਤਰ ਤਖਤ ਦੇ ਮਾਲਕ, ਉਹ ਖਿਤਾਬ ਦੁਨੀਆ ਤੇ ਕਿਸੇ ਕੋਲ ਨਹੀਂ ਹੈਗਾ ਸਿਵਾਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤਖਤ ਤੇ। ਬਾਕੀ ਸਾਰੇ ਥੱਲੇ ਬੈਠੇ ਆ, ਥੱਲੇ ਖਲੋਤੇ ਆ, ਸਾਡੇ ਗੁਰੂ ਦਾ ਪ੍ਰਕਾਸ਼ ਤਖਤ ਉੱਤੇ ਹੈ। ਤਖਤ ਆਜ਼ਾਦ ਪ੍ਰਭੂ ਸਤਾ ਦੀ ਨਿਸ਼ਾਨੀ ਹੈ ਕਿ ਉਹ ਖੁਦ ਬਾਦਸ਼ਾਹ ਤੇ ਸ਼ਹਿਨਸ਼ਾਹ ਹੈ। ਤਖਤ ਹਾਰੀ ਸਾਰੀ ਬੰਦਿਆਂ ਦੇ ਨਹੀਂ ਹੋਇਆ ਕਰਦੇ, ਸਾਡਾ ਸ਼ਬਦ ਵੀ ਤਖਤ ਉੱਤੇ ਸਵਾਏ ਮਾਨ ਹੁੰਦਾ। ਉੱਤੇ ਲੱਗਾ ਹੈ ਚੰਦੋਆ ਸਾਹਿਬ, ਇਹਦਾ ਇੱਕ ਆਪਣਾ ਕਾਰਨ ਹੈ। ਚੰਦੋਏ ਕਿਹਨਾਂ ਦੇ ਉੱਤੇ ਲੱਗਿਆ ਕਰਦੇ ਨੇ, ਛਤਰ ਕਿਹਨਾਂ ਦੇ ਝੂਲਿਆ ਕਰਦੇ ਨੇ, ਛਤਰ ਉਹਨਾਂ ਦੇ ਝੂਲਿਆ ਕਰਦੇ ਨੇ ਜਿਹਦਾ ਹੁਕਮ ਪੂਰੇ ਬ੍ਰਹਿਮੰਡ ਉੱਤੇ ਚੱਲੇ। ਹਾਰੀ ਸਾਰੀ ਬੰਦਾ ਉੱਤੇ ਛਤਰ ਨਹੀਂ ਝੁਲਾ ਸਕਦਾ, ਤੁਹਾਡੇ ਗੁਰੂ ਦੇ ਉੱਤੇ ਤੁਹਾਡੇ ਸ਼ਬਦ ਉੱਤੇ ਛਤਰ ਝੁੱਲਦਾ ਹੈ। ਉਹਦਾ ਮਤਲਬ ਇਹੋ ਹੀ ਆ ਕਿ ਸੰਸਾਰ ਤੋਂ ਬਾਹਰ ਜਿੱਥੇ ਖੰਡਾਂ ਬ੍ਰਹਿਮੰਡਾਂ ਦੀ ਗੱਲ ਸ਼ੁਰੂ ਹੋ ਜਾਂਦੀ ਆ, ਸ਼ਬਦ ਗੁਰੂ ਦਾ ਉੱਥੇ ਵੀ ਰਾਜ ਚੱਲਦਾ ਹੈ। ਅਗਲੇ ਬੰਨੇ ਆ ਜਾਂਦਾ ਚਵਰ। ਬਹੁਤ ਸਾਰੇ ਲੋਕਾਂ ਨੂੰ ਸਾਡੇ ਮਨਾਂ 'ਚ ਇੱਕ ਭੁਲੇਖਾ ਵਾ, ਅਸੀਂ ਨਿੱਕੇ ਹੁੰਦੇ ਇਹੋ ਹੀ ਸਮਝਦੇ ਰਹੇ ਵੀ ਸ਼ਾਇਦ ਗ੍ਰੰਥੀ ਸਿੰਘ ਦੇ ਹੱਥ 'ਚ ਚੌਰ ਮੱਖੀਆਂ ਡਾਉਣ ਲਈ ਬਣਿਆ ਹੁੰਦਾ ਵੀ ਜਦੋਂ ਮੱਖੀਆਂ ਪੈ ਉਦੋਂ ਡਾਈਆਂ। ਪਰ ਬਾਅਦ 'ਚ ਆ ਕੇ ਇਸ ਗੱਲ ਦਾ ਸਾਨੂੰ ਅੰਦਾਜ਼ ਆਇਆ ਵੀ ਨਹੀਂ, ਚੌਰ ਉਹਨਾਂ ਦੇ ਝੁੱਲਿਆ ਕਰਦੇ ਆ, ਚਵਰ ਉਹਨਾਂ ਦੇ ਉੱਤੇ ਝੁੱਲਿਆ ਕਰਦੇ ਜਿਹਨਾਂ ਨੂੰ ਕੋਈ ਡੇਗ ਨਾ ਸਕੇ ਤੇ ਜਿਹਨਾਂ ਨੂੰ ਕੋਈ ਡਲਾ ਨਾ ਸਕੇ। ਤੁਹਾਡੇ ਸ਼ਬਦ ਗੁਰੂ ਦੇ ਉੱਤੇ ਚੌਰ ਇਸ ਕਰਕੇ ਹੁੰਦਾ ਹੈ ਕਿਉਂਕਿ ਤੁਹਾਡਾ ਸ਼ਬਦ ਗੁਰੂ ਜੁਗੋ ਜੁਗ ਅਟਾਲੇ, ਇਹ ਨਾ ਖਤਮ ਹੋਵੇਗਾ ਤੇ ਨਾ ਇਹ ਖਤਮ ਕੀਤਾ ਜਾ ਸਕੇਗਾ, ਇਹ ਹਮੇਸ਼ਾ ਰਹੇਗਾ, ਹਮੇਸ਼ਾ ਰਹੇਗਾ, ਹਮੇਸ਼ਾ ਰਹੇਗਾ। ਆਉਣਗੇ ਲੋਕੀ ਚਲੇ ਜਾਣਗੇ ਪਰ ਸ਼ਬਦ ਖਤਮ ਨਹੀਂ ਹੋਵੇਗਾ। ਤੁਹਾਨੂੰ ਤੁਹਾਡੇ ਗੁਰੂ ਨੇ ਉਸ ਗੁਰੂ ਦੇ ਲੜ ਲਾਇਆ ਜਿਸ ਗੁਰੂ ਦੀ ਸਮਰੱਥਾ ਬਹੁਤ ਵੱਡੀ ਆ, ਸਾਡੀ ਸੋਚ ਤੋਂ ਕਿਤੇ ਪਰੇ ਹੈ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਸੀਸ ਝੁਕਾਓ। ਸਮਾਂ ਬਹੁਤ ਕੀਮਤੀ ਜਿਹਾ ਹੈ, ਨਾ ਤੁਹਾਡਾ ਲਿਹਾਜ਼ ਹੋਣਾ, ਨਾ ਮੇਰਾ ਲਿਹਾਜ਼ ਹੋਣਾ, ਘੜੀ ਨੇ ਆਪਣੇ ਸਮੇਂ ਮੁਤਾਬਕ ਤੁਰਦੀ ਜਾਣਾ। ਮੈਨੂੰ ਜਿੰਨਾ ਕੁ ਹੁਕਮ ਪ੍ਰਬੰਧਕ ਜਨਾਂ ਵੱਲੋਂ ਘੰਟਾ ਸਵਾ ਘੰਟਾ ਹੋਇਆ, ਮੈਂ ਉਹਦੇ ਅਨੁਸਾਰ ਸੇਵਾ ਕਰਕੇ ਇਤਿਹਾਸ ਦੇ ਵਡਮੁੱਲੇ ਪੰਨੇ ਤੁਹਾਡੀ ਝੋਲੀ 'ਚ ਪਾਉਣ ਦਾ ਯਤਨ ਕਰਨਾ। ਇੱਕ ਵਾਰ ਸਾਰੀ ਸੰਗਤ ਸੀਸ ਝੁਕਾ ਕੇ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਰ। ਜਿਹੜੀ ਗੱਲ ਗਿਆਨੀ ਜੀ ਹੋਣਾ ਨੇ ਮੇਰੇ ਤੋਂ ਕਹੀ ਹੈ ਨਾ ਪਹਿਲਾਂ, ਉਹ ਗੱਲ 100 ਨਹੀਂ 200 ਨਹੀਂ 1000% ਸੱਚ ਆ। ਬਲਾਰਾ ਕਦੀ ਸਟੇਜ ਤੇ ਗਿਣ ਮਿਥ ਕੇ ਨਹੀਂ ਬੋਲਦਾ, ਤੇ ਜਿਹੜੇ ਬੰਦੇ ਗਿਣ ਮਿਥ ਕੇ ਬੋਲਦੇ ਆ ਉਹਨਾਂ ਬੰਦਿਆਂ ਦਾ ਅਸਰ ਵੀ ਕਈ ਵਾਰੀ ਜ਼ੀਰੋ ਹੋ ਜਾਂਦਾ। ਜਿਹੜੀਆਂ ਗੱਲਾਂ ਉਹਨਾਂ ਨੇ ਸਟੇਜ ਤੋਂ ਪਹਿਲਾਂ ਕੀਤੀਆਂ ਕਿਸੇ ਪੋਥੇ 'ਚ ਨਹੀਂ ਲਿਖੀਆਂ, ਕਿਸੇ ਗ੍ਰੰਥ ਵਿੱਚ ਨਹੀਂ ਉਹ ਪੜ੍ਹ ਕੇ ਆਏ। ਕੁਝ ਗੱਲਾਂ ਹੁੰਦੀਆਂ ਜਿਹੜੀਆਂ ਆਪ ਮੁਹਾਰੇ ਚਸ਼ਮੇ ਫੁੱਟਦੇ ਆ ਸਟੇਜ ਉੱਤੇ, ਜਿਹਨੇ ਆਪ ਮੁਹਾਰੇ ਗਿਆਨ ਉਹ ਗੁਰੂ ਦਿੰਦਾ। ਬਲਾਰਾ ਕਦੀ ਸਟੇਜ ਤੇ ਗਿਣ ਮਿਥ ਕੇ ਨਹੀਂ ਆਉਂਦਾ। ਕੋਈ ਬੰਦਾ ਭੁਲੇਖੇ 'ਚ ਰਹਿ ਜਾਵੇ ਵੀ ਇਹ ਸ਼ਾਇਦ ਘਰੋਂ ਇਸ ਚੀਜ਼ ਦੀ ਸਟੱਡੀ ਕਰਕੇ ਆਇਆ ਹੋਵੇਗਾ, ਨਹੀਂ। ਕਈ ਵਾਰੀ ਇੱਥੇ ਪੈਰ ਤੇ ਖਲੋਤਿਆਂ ਮਾਹੌਲ ਬਣ ਜਾਂਦਾ ਹੈ, ਕਈ ਵਾਰੀ ਪੈਰ ਤੇ ਖਲੋਤਿਆਂ ਗੱਲਾਂ ਬਣ ਜਾਂਦੀਆਂ ਨੇ। ਮੈਂ ਬੇਸ਼ੱਕ ਮਜ਼ਮੂਨ ਤੇ ਕੋਈ ਹੋਰ ਸ਼ੁਰੂ ਕਰਨ ਲੱਗਾ ਸਾਂ, ਪਰ ਮੈਂ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਹੀ ਇੱਕ ਮਜ਼ਮੂਨ ਕੱਢਿਆ ਬੈਠੇ ਬੈਠੇ ਨੇ ਮਗਰ। ਬੇਸ਼ੱਕ ਮੈਂ ਤਿਆਰੀ ਕੁਝ, ਕਈ ਵਾਰੀ ਏਦਾਂ ਦੀ ਸਿਚੁਏਸ਼ਨ ਬਣ ਜਾਂਦੀ ਹੈ ਬੁਲਾਰੇ ਵਾਸਤੇ। ਆ ਵੀਰ ਗੁਰਪ੍ਰੀਤ ਸੋਹਣੇ ਖਲੋਤੇ, ਮੈਨੂੰ ਪੁੱਛਦੇ ਬਾਬਾ ਜੀ ਕੀ ਸੁਣਾਓਗੇ।
ਮੈਂ ਕਿਹਾ ਵੀ ਆਪਾਂ ਪਹਿਲਾਂ ਗਿਣ ਮਿਥ ਕੇ ਸਾਡੇ ਕੋਲ ਸਟੇਜ ਤੇ ਬੋਲਿਆ ਜਾਣਾ, ਉਹਦੇ ਡਿਪੈਂਡ ਕਰਦਾ ਵੀ ਉੱਥੇ ਸਿਚੁਏਸ਼ਨ ਕੀ ਆ, ਉੱਥੇ ਹਾਲਾਤ ਕੀ ਆ, ਬੁਲਾਰਾ ਸਾਡੇ ਤੋਂ ਪਹਿਲਾਂ ਕੀ ਕਰਦਾ ਹੋਊਗਾ, ਅਸੀਂ ਤੇ ਉਹਦੇ ਹਿਸਾਬ ਨਾਲ ਚੱਲਣ ਵਾਲੇ ਬੰਦੇ ਆ, ਨਾ ਇਹਨਾਂ ਨੂੰ ਮਗਰ ਪਤਾ ਵਾ ਵੀ ਮੈਂ ਕੀ ਸ਼ੁਰੂ ਕਰਨ ਲੱਗਾ ਤੇ ਕਿਹੜਾ ਪ੍ਰਸੰਗ ਸ਼ੁਰੂ ਹੋਣ ਲੱਗਾ। ਕੁਦਰਤੀ ਨਾਲਜਾਂ ਤੇ ਵੀ ਮਾਣ ਹੁੰਦਾ ਵੀ ਜਿਹੜੀ ਮੈਂ ਚੀਜ਼ ਸ਼ੁਰੂ ਕਰ ਲੈਣੀ ਆ ਉਹਨਾਂ ਨੂੰ ਆਉਂਦੀ ਹੋਣੀ ਆ, ਉਹਨਾਂ ਨੇ ਸਿਰੇ ਚਾੜ ਲੈਣੀ। ਇਸ ਕਰਕੇ ਬੇਸ਼ੱਕ ਮੈਂ ਸਟੇਜ ਤੇ ਕੁਝ ਤਿਆਰੀ ਕਰਕੇ ਹੋਰ ਆਇਆ ਸਾਂ, ਪਰ ਗੱਲਾਂ ਗਿਆਨੀ ਜੀ ਉਹਨਾਂ ਨੇ ਬੜੀਆਂ ਪਾਏਦਾਰ ਕੀਤੀਆਂ ਨੇ, ਬੜੀਆਂ ਡੂੰਘੀਆਂ ਕੀਤੀਆਂ ਨੇ, ਸਾਡੇ ਸਿਸਟਮ ਦੇ ਮੂੰਹ ਦੇ ਉੱਤੇ ਉਹਨਾਂ ਇੱਕ ਚਪੇੜ ਮਾਰੀ। ਮੈਂ ਉਹਨੂੰ ਲੈ ਕੇ ਤੁਹਾਡੇ ਚਰਨਾਂ 'ਚ ਕੁਝ ਬੇਨਤੀਆਂ ਕਰਨੀਆਂ ਨੇ, ਮੋਟੀਆਂ ਮੋਟੀਆਂ ਦੋ ਤਿੰਨ ਵਾਰਾਂ ਢਾਡੀ ਸਿੰਘਾਂ ਨੇ ਕਹਿਣੀਆਂ, ਆਪਾਂ ਪ੍ਰਸੰਗ ਪੂਰਾ ਕਰਨਾ। ਇਹਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇੱਕ ਵਾਰ ਸਾਰੀ ਸੰਗਤ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਾਪ। ਗੱਲ ਕਰਦੇ ਆ ਲੋਕੀ ਪੰਜਾਬ ਦੀ, ਗੱਲ ਸਿਆਸਤ ਤੋਂ ਸ਼ੁਰੂ ਹੋਣੀ ਆ, ਗੱਲ ਰਾਜਨੀਤੀ ਤੋਂ ਸ਼ੁਰੂ ਹੋਣੀ ਆ। ਇਹ ਗੱਲ ਕਦੀ ਬੁਲਾਰੇ ਨੂੰ ਇਹ ਨਾ ਕਿਹਾ ਕਰੋ ਸਟੇਜ ਤੇ ਖਲੋਣ ਲੱਗਿਆਂ, ਪਹਿਲੀ ਤੇ ਗੱਲ ਵੀ ਇੱਥੇ ਰਾਜਨੀਤੀ ਦੀ ਗੱਲ ਨਾ ਕਰੀ। ਕਰੇ ਕਿਉਂ ਨਾ,